ਜ਼ਿਲ੍ਹਾ ਪੱਧਰੀ ਪੁਲਿਸ ਸ਼ਹੀਦੀ ਦਿਵਸ ਸੰਬੰਧੀ ਸਮਾਗਮ ਕਰਵਾਇਆ। ਦੇਸ਼ ਦੀ ਖਾਤਰ ਸ਼ਹੀਦੀਆਂ ਦੇਣ ਵਾਲੇ ਪੁਲਿਸ ਜਵਾਨਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦੀ ਦਾ ਨਿਗਮ ਮਾਣ ਰਹੇ ਹਾਂ ਅਤੇ ਇਹਨਾਂ ਦੀ ਬਦੌਲਤ ਹੀ ਦੇਸ਼ ਅੰਦਰ ਅਮਨ, ਸ਼ਾਂਤੀ ਅਤੇ ਖੁਸ਼ਹਾਲੀ ਬਰਕਰਾਰ ਹੈ। ਇਹ ਪ੍ਰਗਟਾਵਾ SSP ਸਰਦਾਰ ਸਵਰਨਦੀਪ ਸਿੰਘ ਨੇ ਪੁਲਿਸ ਲਾਈਨ ਵਿਖੇ ਪੁਲਿਸ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਏ ਸ਼ਹੀਦੀ ਸਮਾਗਮ ਦੌਰਾਨ ਕੀਤਾ। ਇਸ ਮੌਕੇ ਜਤਿੰਦਰਪਾਲ ਸਿੰਘ ਖੁਰਮੀ, ਵਧੀਕ ਜ਼ਿਲ੍ਹਾ ਸੈਸ਼ਨ ਜੱਜ ਗੁਰਦਾਸਪੁਰ ਕੱਤਰ ਸਿੰਘ ਬੱਲ, SDM ਗੁਰਦਾਸਪੁਰ ਹਰਵਿੰਦਰ ਸਿੰਘ ਸੰਧੂ, SP ਜੀ ਨਵਜੋਤ ਸਿੰਘ ਸਿੱਧੂ, SP ਹੈੱਡਕੁਆਰਟਰ ਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਪੰਜਾਬ ਪੁਲਿਸ ਦੇ ਸਾਬਕਾ ਅਧਿਕਾਰੀ ਮੌਜੂਦ ਸਨ। SSP ਸਵਰਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਇਤਿਹਾਸ ਗੌਰਵਮਈ ਤੇ ਮਾਣਮੱਤਾ ਹੈ। SSP ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹੀਦਾਂ ਦੇ ਪਰਿਵਾਰਾਂ ਲਈ ਉਹਨਾਂ ਦੇ ਦਫ਼ਤਰ 24 ਘੰਟੇ ਖੁੱਲ੍ਹੇ ਹਨ ਅਤੇ ਉਹ ਜਦ ਚਾਹਣ ਉਹਨਾਂ ਨਾਲ ਆਪਣਾ ਦੁੱਖ ਤਕਲੀਫ ਸਾਂਝੀ ਕਰ ਸਕਦੇ ਹਨ। ਉਹਨਾਂ ਦੱਸਿਆ ਕਿ 21 ਅਕਤੂਬਰ 1959 ਨੂੰ ਲੱਦਾਖ ਦੇ ਹੌਟ ਸਪ੍ਰਿੰਗ ਖੇਤਰ ਵਿੱਚ CRPF ਦੇ ਇੰਟੈਲੀਜੈਂਸ ਬਿਊਰੋ ਦੀ ਸਾਂਝੀ ਪੈਟਰੋਲਿੰਗ ਪਾਰਟੀ ਭਾਰਤ ਚੀਨ ਦੀ ਸਰਹੱਦ ਤੇ ਗਸ਼ਤ ਕਰ ਰਹੀ ਸੀ ਤੇ ਇਸ ਪਾਰਟੀ ਵਿੱਚ ਕਰੀਬ 10 ਜਵਾਨ ਸ਼ਾਮਿਲ ਸਨ ਤੇ ਚੀਨੀ ਫੌਜਾਂ ਨੇ ਹਮਲਾ ਕਰ ਦਿੱਤਾ, ਪਰ ਜਵਾਨਾਂ ਨੇ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤਾ। ਉਸ ਦਿਨ ਦੀ ਯਾਦ ਵਿੱਚ ਅੱਜ ਪੂਰੇ ਭਾਰਤ ਵਿੱਚ ਪੁਲਿਸ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 1960 ਵਿੱਚ ਕੀਤੀ ਗਈ ਸੀ। SP ਹੈੱਡਕੁਆਰਟਰ ਨਵਜੋਤ ਸਿੰਘ ਸਿੱਧੂ ਵੱਲੋਂ ਸ਼ਹੀਦ ਹੋਏ ਜਵਾਨਾਂ ਦੇ ਅਧਿਕਾਰੀਆਂ ਦੇ ਨਾਮ ਪੜ੍ਹ ਕੇ ਸੁਣਾਏ ਗਏ। ਇਸ ਮੌਕੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਵਾਲਿਆਂ ਦੀ ਮੁਸ਼ਕਲਾਂ ਸੁਣ ਕੇ ਮੌਕੇ ਤੇ ਹੱਲ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ, ਸਾਬਕਾ DSP ਸਮੂਹ, DSP ਸਮੇਤ ਜ਼ਿਲ੍ਹੇ ਦੇ ਸਮੂਹ SHO ਤੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੇ ਮੈਂਬਰ ਵੀ ਹਾਜ਼ਰ ਸਨ। ਸਾਡੇ ਮੇਰੇ ਫਾਦਰ ਹੀ ਲਾ ਸੀਗੇ, ਉਹ 88 ਦੇ ਵਿੱਚ ਸ਼ਹੀਦ ਹੋ ਗਏ ਸੀਗੇ ਪੁਲਿਸ ਆਪਣੇ ਟੈਰੋਰਿਸਟ ਦੌਰਾਨ, ਔਰ ਇਹ ਸਮਾਰੋਹ ਅੱਜ ਕੀਤਾ ਗਿਆ ਜੋ ਸ਼ਹੀਦਾਂ ਦੇ ਸਨਮਾਨ ਵਾਸਤੇ। ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਵੀ ਗੌਰਮੈਂਟ ਦਾ ਬਹੁਤ ਵਧੀਆ ਉਪਰਾਲਾ ਅਤੇ ਇੱਦਾਂ ਹੀ ਸ਼ਹੀਦਾਂ ਦਾ ਸਨਮਾਨ ਕਰਦੇ ਰਹਿਣ, ਔਰ ਸਾਨੂੰ ਵੀ ਬੜਾ ਫਖਰ ਆ ਵੀ ਮਤਲਬ ਸਾਡੇ ਜਿਹੜੇ ਫਾਦਰ ਇਨ ਲਾ ਸੀਗੇ ਉਹ ਸ਼ਹੀਦ ਹੋਏ, ਉਹਨਾਂ ਨੇ ਦੇਸ਼ ਲਈ ਆਪਣੀ ਕੁਰਬਾਨੀ ਕੀਤੀ। ਬਸ ਮੇਰਾ ਇਹ ਸੰਦੇਸ਼ ਹੈ ਗੌਰਮੈਂਟ ਨੂੰ ਵੀ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਅਤੇ ਇਹਨੂੰ ਕੰਟਰੋਲ ਕੀਤਾ ਜਾਏ। ਜਿਹੜੀ ਸਾਡੀ ਜਵਾਨੀ ਆ ਬਹੁਤ ਬਰਬਾਦ ਹੋ ਰਹੀ ਆ, ਅਗਲੀ ਜਿਹੜੀ ਸਾਡੀ ਪੀੜ੍ਹੀ ਆ ਬਹੁਤ ਜ਼ਿਆਦਾ ਮਤਲਬ ਨਸ਼ੇ ਦੇ ਵਿੱਚ ਆ, ਅਤੇ ਨਸ਼ੇ ਨੂੰ ਕੰਟਰੋਲ ਕੀਤਾ ਜਾਏ ਤਾਂ ਕਿ ਸਾਡਾ ਜਿਹੜਾ ਪੰਜਾਬ ਆ ਹਮੇਸ਼ਾ ਹੱਸਦਾ ਖੇਡਦਾ ਜਿੱਦਾਂ ਪਹਿਲਾਂ ਸੀਗਾ ਉੱਦਾਂ ਹੀ ਰਹੇ। ਜੇ ਉਹਨਾਂ ਨੇ ਦਰਬਾਰ ਲਾਇਆ ਸੀਗਾ ਇੱਥੇ, ਪਰਿਵਾਰ ਦੀਆਂ ਮੁਸ਼ਕਲਾਂ ਨੂੰ ਮਤਲਬ ਸਪੈਸ਼ਲ ਸੁਣਿਆ ਗਿਆ, ਔਰ ਮੌਕੇ 'ਤੇ ਵੀ ਨਿਪਟਾਰਾ ਕੀਤਾ ਗਿਆ ਬਹੁਤ ਮੁਸ਼ਕਲਾਂ ਦਾ, ਔਰ ਜਿਹੜੀਆਂ ਮਤਲਬ ਮੁਸ਼ਕਲਾਂ ਹੈ ਉਹ ਕਹਿੰਦੇ ਵੀ ਕੋਈ ਵੀ ਪ੍ਰੋਬਲਮ ਤੁਹਾਨੂੰ ਹੁੰਦੀ ਆ ਤਾਂ ਤੁਸੀਂ ਅਸੀਂ ਤੁਹਾਡੀ ਮੁਸ਼ਕਲ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ। ਅੱਜ 21 ਅਕਤੂਬਰ ਅਸੀਂ ਹਰ ਸਾਲ ਜਿਵੇਂ ਹੈਗੇ 1960 ਤੋਂ ਲੈ ਕੇ ਅੱਜ ਤੱਕ ਮਨਾਉਂਦੇ ਆ ਰਹੇ ਹੈਗੇ ਹਾਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਆਪਣੀ ਜਾਨਾਂ ਨਿਸ਼ਾਵਰ ਕੀਤੀ ਹੈ ਦੇਸ਼ ਵਿੱਚ ਡਿਊਟੀ ਪ੍ਰਤੀ। ਸਾਨੂੰ ਉਹਨਾਂ ਤੋਂ ਮਤਲਬ ਇੱਕ ਸੇਖ ਮਿਲਦੀ ਹੈ ਕਿ ਅਸੀਂ ਵੀ ਉਹਨਾਂ ਦੇ ਕਦਮਾਂ 'ਚ ਚੱਲਦੇ ਹੋਏ ਇਮਾਨਦਾਰੀ ਔਰ ਬਹਾਦਰੀ ਨਾਲ ਆਪਣੀ ਡਿਊਟੀ ਕਰੀਏ, ਜਿਹੜੀ ਕਿ ਉਹਨਾਂ ਨੂੰ ਰੋਜ਼ ਦੀ ਸ਼ਰਧਾਂਜਲੀ ਹੈਗੀ ਹੈ, ਨਾ ਕਿ ਸਿਰਫ 21 ਅਕਤੂਬਰ ਵਾਲਾ ਦਿਨ ਹੀ ਹੋਵੇ। ਸਾਡੀ ਇਹ ਡਿਊਟੀ ਜਿਹੜੀ ਅਸੀਂ ਮਿਹਨਤ ਔਰ ਬਹਾਦਰੀ ਨਾਲ ਕਰਾਂਗੇ, ਇਹੀ ਸੱਚੀ ਸ਼ਰਧਾਂਜਲੀ ਜਿਹੜੀ ਹੈਗੀ ਉਹਨਾਂ ਵਾਸਤੇ ਹੋਊਗੀ। ਇਸ ਹਫ਼ਤੇ ਦੌਰਾਨ ਇਹਨਾਂ ਸ਼ਹੀਦ ਪਰਿਵਾਰਾਂ ਵਾਸਤੇ ਵੱਖਰੇ ਵੱਖਰੇ ਪ੍ਰੋਗਰਾਮ ਚਲਾਏ ਸੀਗੇ ਮਾਨਯੋਗ DGP ਸਾਹਿਬ ਦੇ ਹੁਕਮ ਨਾਲ, ਜਿਵੇਂ ਕਿ ਉਹਨਾਂ ਦੇ ਘਰ ਜਾ ਕੇ ਹਰ ਇੱਕ GO ਹਰ ਇੱਕ ਅਫਸਰ ਉਹਨਾਂ ਦੇ ਘਰ ਗਏ ਨੇ, ਉਹਨਾਂ ਦੀ ਦੁੱਖ ਤਕਲੀਫਾਂ ਪੁੱਛੀਆਂ ਹੈਗੀਆਂ। ਹਰ ਇੱਕ ਸ਼ਹੀਦ ਦੇ ਨਾਂ 'ਤੇ ਅਸੀਂ ਪਲਾਂਟੇਸ਼ਨ ਕੀਤੀ ਹੈਗੀ ਆ, ਸਕੂਲਾਂ ਕਾਲਜਾਂ 'ਚ ਬੱਚਿਆਂ ਨੂੰ ਉਹਨਾਂ ਦੇ ਜਿਹੜੇ ਹੈਗੇ ਆ ਪ੍ਰੇਰਣਾ ਦਿੱਤੀ, ਉਹਨਾਂ ਬਾਰੇ ਦੱਸਿਆ, ਉਹਨਾਂ ਦੇ ਬਾਰੇ ਸਾਡੇ ਜਿਹੜੇ ਪਾਰਕ ਹੈਗੇ ਇੱਥੇ ਉੱਥੇ ਸਕਰੀਨਾਂ ਲਾ ਕੇ ਡਿਸਪਲੇ ਕੀਤਾ ਹੈ ਲੋਕਾਂ ਨੂੰ, ਜਿਹੜੇ ਇਹਨਾਂ ਨੇ ਸ਼ਹਾਦਤਾਂ ਜਿਹੜੀ ਪ੍ਰਾਪਤ ਕੀਤੀਆਂ ਉਹਨਾਂ ਦਾ ਕਾਰਨ, ਔਰ ਉਹਨਾਂ ਨੂੰ ਅਸੀਂ ਵੀ ਉਸੇ ਕਦਮਾਂ 'ਤੇ ਚੱਲੀਏ। ਸ਼ਹੀਦ ਪਰਿਵਾਰਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੈਗੀਆਂ ਟਾਈਮ ਟੂ ਟਾਈਮ ਅਸੀਂ ਸੁਣਦੇ ਰਹਿੰਦੇ ਹਾਂ, ਜਦੋਂ ਸਾਡੇ ਕੋਲ ਦਫ਼ਤਰ ਵੀ ਆਉਂਦੇ ਆ। ਅਸੀਂ DC ਸਾਹਿਬ ਨੂੰ ਵੀ ਬੇਨਤੀ ਕੀਤੀ ਹੈ, ਉਹਨਾਂ ਨੇ ਵੀ ਬੜਾ ਅੱਛਾ ਰਿਸਪੋਂਸ ਦਿੱਤਾ ਹੈ ਕਿ ਕੋਈ ਇਹਨਾਂ ਦਾ ਕੰਮ ਹੋਵੇ ਤਾਂ ਪ੍ਰਾਇਰਟੀ 'ਤੇ ਹੁੰਦਾ ਹੈਗਾ। ਹੁਣ ਵੀ ਅਸੀਂ ਜਿਹੜੇ ਸਾਰੇ ਪਰਿਵਾਰ ਆਏ ਅਸੀਂ ਕਿਹਾ ਕਿ ਜੇ ਕਿਸੇ ਨੂੰ ਦੁੱਖ ਤਕਲੀਫ ਹੈਗੀ ਹੈ ਤਾਂ ਅਸੀਂ ਇਮੀਡੀਏਟਲੀ ਉਹਨੂੰ ਐਡਰੈਸ ਕਰਾਂਗੇ।
ਸਨਮਾਨਿਤ ਵੀ ਕੀਤਾ ਗਿਆ ਜੀ ਨਾਲ? ਹਾਂਜੀ, ਅਸੀਂ ਇਹਨਾਂ ਨੂੰ ਸਨਮਾਨਿਤ ਵੀ ਕੀਤਾ, ਲੇਕਿਨ ਇਹ ਸਨਮਾਨਿਤ ਉਹਨਾਂ ਦੀ ਸ਼ਹੀਦੀ ਪਿੱਛੇ ਕੁਛ ਵੀ ਨਹੀਂ ਹੈਗਾ। ਅਸਲ 'ਤੇ ਜਿਹੜੀ ਸਨਮਾਨਿਤ ਇਹੀ ਹੈ ਕਿ ਅਸੀਂ ਇਹਨਾਂ ਦੀ ਅਖੀਰਲੇ ਦਮ ਤੱਕ ਇਹਨਾਂ ਦੀ ਜਿਹੜੀ ਹੈਗੀ ਗੱਲ ਸੁਣਦੇ ਰਹੀ ਔਰ ਉਹਨਾਂ ਦੀ ਮਦਦ ਕਰੀ। ਬੁਲੰਦ ਨਿਊਜ਼ ਲਈ ਗੁਰਦਾਸਪੁਰ ਤੋਂ ਜਗਜੀਤ ਸਿੰਘ ਦੀ ਰਿਪੋਰਟ।